मैं रहूं या न रहूं, मेरा इमरान रहेगा, पाकिस्तान रहेगा। मैं रहूं या न रहूं, मेरा इमरान रहेगा, पाकिस्तान रहेगा। के राणा सनाउला के इमरान हानू गिरफ्तार कर लेना है, तुसी फैसला बदो इत्थे बनी गल आ गए हो। ओ अगे उथों इत्थे आ गए, उथे जा के दिखावे पिओ दा ते। जिन्ना क राणे सनाउला लई साडा पैगाम है शबाज गिल ना उन्ना क तशद्दद करे जिन्ना क बाद च बर्दाश्त कर लेना वा। इन्ना जुल्म नहीं करना चाहिदा। बाकी इस इंपोर्टेंट हुकूमत नूं इह सुण लेना चाहिदा भी उन्ना करन जिन्ना क बर्दाश्त कर लेना। इन्ना को बर्दाश्त नहीं होना। शबाज गिल ते इक जट दा पोता बर्दाश्त करी जांदा। ठीक है, इमरान खान दे नां ते गोलियां खाण वास्ते भी तैयार हां, असीं डरदे नहीं। ਅਸੀਂ ਜਿੱਥੇ ਵੀ ਕਾਲ ਹੋਵੇ ਅਸੀਂ ਇਨਸ਼ਾਅੱਲਾ ਤਾਲਾ ਉੱਥੇ ਉਪੜਾਂਗੇ ਜਿੱਥੇ ਵੀ ਕਾਲ ਆਵੇ। ਅਸਲਾਮ ਅਲੈਕੁਮ, ਮੈਂ ਹੁਸਨੈਨ, ਆਪ ਦੇਖ ਰਹੇ ਨਿਆ ਪਾਕਿਸਤਾਨ। ਇਸ ਵਕਤ ਮੈਂ ਬਨੀ ਗਲਾ ਮੈਂ ਮੌਜੂਦ ਹੂੰ। ਆਜ ਦੂਸਰਾ ਰੋਜ਼ ਹੈ, ਕਾਰਕੁਨਾਨ ਮੁਖਤਲਿਫ ਸ਼ਹਿਰੋਂ ਸੇ ਪਹੁੰਚੇ। ਇਹ ਜਿਤਨੇ ਬਾਈ ਨਜ਼ਰ ਆ ਰਹੇ ਹੈ ਫੈਸਲਾਬਾਦ ਸੇ ਹੈ। ਸਰ ਫੈਸਲਾਬਾਦ ਤੋਂ ਤੁਸੀਂ ਇੱਥੇ ਆਏ ਹੋ, ਰਾਣਾ ਸਨਾਉਲਾ ਤੇ ਕਹਿੰਦਾ ਸੀ ਕਿ ਮੈਂ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨਾ ਹੈ। ਰਾਣਾ ਸਨਾਉਲਾ ਦਾ ਅੱਬਾ ਵੀ ਨਹੀਂ ਗ੍ਰਿਫਤਾਰ ਕਰ ਸਕਦਾ, ਰਾਣਾ ਸਨਾਉਲਾ ਜੰਮਿਆ ਵੀ ਨਹੀਂਗਾ। ਇਮਰਾਨ ਖਾਨ ਇੱਕ ਬ੍ਰਾਂਡ ਦਾ ਨਾਮ ਆ, ਅਸੀਂ ਫੈਸਲਾਬਾਦ ਦੇ ਹਾਂ। ਰਾਣਾ ਸਨਾਉਲਾ ਨੂੰ ਜਾਣਦੇ ਕਿੱਡੀ ਕਰਤੂਤ ਦਾ ਮਾਲਕ ਆ। ਹੁਣ ਕੋ ਨਾ ਟੱਪ ਕੇ ਇੱਧਰ ਨੂੰ ਤੇ ਆਵੇ। ਠੀਕ ਹੈ, ਉਹ ਇੱਧਰ ਇੱਥੇ ਇਸਲਾਮਾਬਾਦ ਹੀ ਆ, ਫੈਸਲਾਬਾਦ ਨਹੀਂ ਗਿਆ। ਫੈਸਲਾਬਾਦ ਤੇ ਆਵੇ, ਉਹਦਾ ਇੰਤਜ਼ਾਰ ਕਰਨ ਦੇ ਆ। ਬੜੀ ਸਬਰ ਨਾਲ, ਸ਼ਿੱਦਤ ਨਾਲ ਕਹਿ ਰਹੇ ਨੇ ਕਿ ਫੈਸਲਾਬਾਦ ਤੇ ਆਵੇ, ਇੰਤਜ਼ਾਰ ਕਰਨ ਦੇ ਆ। ਉਹ ਕਹਿੰਦੇ ਕਿ ਇਮਰਾਨ ਖਾਨ ਨੂੰ ਗ੍ਰਿਫਤਾਰ ਕਰ ਲੈਣਾ ਹੈ। ਇਹ ਇਮਰਾਨ ਖਾਨ ਨੂੰ ਗ੍ਰਿਫਤਾਰ ਕਰੇ ਤੇ ਸਹੀ, ਆ ਗਿਓ ਸਾਡੇ ਉੱਤੋਂ ਦੀ ਲੰਘ ਕੇ ਜਾਊਗਾ। ਆਮ ਫੈਸਲਾਬਾਦ ਉਹ ਆ ਗਈ ਆ, ਲੇਕਿਨ ਰਾਣਾ ਸਨਾਉਲਾ ਫੈਸਲਾਬਾਦ ਜਾ ਕੇ ਦਿਖਾਵੇ। ਉਹ ਫੈਸਲਾਬਾਦ ਜਾ ਹੀ ਨਹੀਂ ਸਕਦਾ, ਉਹ ਚੇਡਾ ਪਾਣੀ ਨਹੀਂ ਹੈ। ਉਹ ਇੱਥੇ ਹੀ ਆ ਬਸ, ਇੰਨੇ ਇਸਲਾਮਾਬਾਦ ਹੋ ਗਈ ਆ। ਫੈਸਲਾਬਾਦ ਆਵੇ ਤੇ ਉਹ ਸ਼ੋਅ ਵਾ, ਨਜਾਇਜ਼ ਫਿਰ ਉਹ ਸ਼ੋਅ ਵਾ। ਉਹਨੇ ਕੀ ਇਮਰਾਨ ਖਾਨ ਨੂੰ ਫੜਨਾ? ਇਮਰਾਨ ਖਾਨ ਦਾ ਪਰਛਾਵਾਂ ਨਹੀਂ ਫੜ ਸਕਦਾ। ਇਮਰਾਨ ਖਾਨ ਦੇ ਬ੍ਰਾਂਡ ਦਾ ਨਾਮ ਆ। ਠੀਕ ਹੈ, ਠੀਕ ਹੈ ਨਾ, ਮੁਵੇਸ਼ ਉਹ ਵਾ, ਆਪਣੀਆਂ ਧੀਆਂ ਨਚਾਉਣ ਵਾਲਾ ਉਹ ਵਾ। ਕਹਿੰਦਾ ਮੇਰੀ ਬੱਚੀ, ਕਹਿੰਦਾ ਮੇਰੀ ਬੇਟੀ ਨੇ ਬੜਾ ਅੱਛਾ ਡਾਂਸ ਕੀਤਾ ਹੈ। ਠੀਕ ਹੈ, ਉਸ ਬਗੈਰ ਡੁੱਬ ਕੇ ਨਹੀਂ ਮਰਿਆ ਸਾਲਾ, ਜਦੋਂ ਸਾਡੇ ਕੱਬ ਹੋਇਆ ਮੁੱਛਾਂ ਮੁੰਨਣੀਆਂ ਦੀਆਂ ਕੰਜਰ ਦੀਆਂ। ਕੱਲਾ ਕੱਲਾ ਵਾਲ ਖਿੱਚਣਾ, ਫੈਸਲਾਬਾਦੀਆਂ ਨਹੀਂ। ਬਾਹਰਲੇ ਕਿਸੇ ਨੂੰ ਹੱਥ ਨਹੀਂ ਲਾਉਣ ਦੇਣਾ। ਰਾਣੇ ਸਨਾਉਲਾ ਇਮਰਾਨ ਖਾਨ ਜ਼ਿੰਦਾਬਾਦ, ਇਮਰਾਨ ਖਾਨ ਜ਼ਿੰਦਾਬਾਦ, ਇਮਰਾਨ ਤੇਰੇ ਜਾਨ ਸਰ ਬੇਸ਼ੁਮਾਰ, ਬੇਸ਼ੁਮਾਰ, ਇਮਰਾਨ ਤੇਰੇ ਜਾਨ ਸਰ ਬੇਸ਼ੁਮਾਰ, ਬੇਸ਼ੁਮਾਰ। ਪਾਕਿਸਤਾਨ ਦਾ ਮਤਲਬ ਕੀ ਆ? ਲਾ ਇਲਾਹਾ ਇਲਾ ਅੱਲਾਹ। ਮੈਨੂੰ ਇਹ ਦੱਸੋ, ਫੈਸਲਾਬਾਦ ਕਿਉਂ ਨਹੀਂ ਜਾਣਦੇ? ਉਹ ਇੱਥੇ ਸਾਰੇ ਇਸਲਾਮਾਬਾਦ ਬਹਿ ਗਏ ਨੇ, ਵਾਪਸ ਕਿਉਂ ਨਹੀਂ ਜਾਣਦੇ? ਉੱਥੇ ਗਰਮੀ ਬਹੁਤ ਆ। ਪਹਿਲਾ ਬਾਤ ਜਦੋਂ ਉਹਨਾਂ ਜਾਣਾ, ਉਹਨਾਂ ਪਤਾ ਸਾਨੂੰ ਉਹਨਾਂ ਛਿੱਲ ਦੇਣਾ ਵਾ, ਤਦ ਨਹੀਂ ਜਾ ਰਹੇ। ਚੂਰ ਮਾਰਦੇ ਉਹ ਬਿਜਲੀ ਨਹੀਂ ਕਰਦੇ। ਓਏ, ਇਹਨਾਂ ਦੀ ਗਵਰਨਮੈਂਟ ਸਿਰਫ ਇਸਲਾਮਾਬਾਦ ਤੱਕ ਮਹਦੂਦ ਆ। 15 ਇਨਸ਼ਾਅੱਲਾ ਤਾਲਾ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਪੂਰੇ ਪੰਜਾਬ ਦੀ ਗਵਰਨਮੈਂਟ ਇਮਰਾਨ ਖਾਨ ਦੀ ਹੈ। ਠੀਕ ਹੈ, ਬਾਕੀ ਤੇ ਨਾ ਕੇ ਆਪਣਾ ਕੇਪੀ ਕੇਪੀ ਜੀਬੀ ਪੰਜਾਬ, ਹਾਂਜੀ, ये सारी जो खैबर पख्तून की है ये भी पंजाबी है जी। जी लो जी, फैसलाबाद दे दस दिने आ, जिहड़ी खैबर पख्तून खान दी है वह भी इमरान खान दी है। ये कित्थे मामा तुरिया फिरदा है? सिर्फ इस्लामाबाद दे विच 15-20 किलोमीटर दी हदूद दे विच। इंशाअल्लाह ताला ਅਸੀਂ ਇਹਦਾ ਜਨਾਜ਼ਾ ਕੱਢ ਕੇ ਜਾਵਾਂਗੇ, ਔਰ ਇਹਦਾ ਜਨਾਜ਼ਾ ਨਿਕਲ ਗਿਆ। ਇਮਰਾਨ ਖਾਨ ਨੂੰ ਨਾ ਕੋਈ ਗ੍ਰਿਫਤਾਰ ਕਰ ਸਕਦਾ ਔਰ ਨਾ ਕੋਈ ਕਰੇਗਾ। ਔਰ ਫੌਜ ਪਾਕਿਸਤਾਨ, ਸਾਡੀ ਪਾਕਿਸਤਾਨ ਦੀ ਫੌਜ ਜਿਹੜੀ ਆ ਮਾਸ਼ਾਅੱਲਾ ਬਹੁਤ ਅੱਛੀ ਆ, ਸਾਡੇ ਉਹਦੇ ਨਾਲ ਦਿਲ ਧੜਕਦੇ ਨੇ। ਸਾਨੂੰ ਅਦਲੀਆ ਤੇ ਵੀ ਪੂਰਾ ਇਨਸ਼ਾਅੱਲਾ ਤੁਹਾਨੂੰ, ਤੁਸੀਂ ਇੱਥੇ ਇਮਰਾਨ ਖਾਨ ਦੀ ਹਿਫਾਜ਼ਤ ਕਰਨ ਵਾਸਤੇ ਪਹੁੰਚੇ ਹੋ ਬਨੀ ਗੱਲ ਆ, ਕਿਵੇਂ ਹਿਫਾਜ਼ਤ ਕਰੋਗੇ ਅਗਰ ਪੁਲਿਸ ਘੱਲਦੇ ਨੇ ਜਾਂ ਅਗਰ ਇੰਜ ਦੀ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੇ ਨੇ? ਪੁਲਿਸ ਸਾਡੇ ਉੱਤੋਂ ਦੀ ਗੁਜ਼ਰ ਕੇ ਇਮਰਾਨ ਖਾਨ ਤੱਕ ਜਾਊਗੀ। ਜਦੋਂ ਸਾਡੇ ਸਾਹ ਮੋਗੇ ਉਦੋਂ ਇਮਰਾਨ ਖਾਨ ਤੱਕ ਪਹੁੰਚੂ? ਉਂਝ ਨਹੀਂ ਜਾਣਦੇ, ਉਂਝ ਨਹੀਂ ਜਾਣਦੇ ਇਨਸ਼ਾਅੱਲਾ। ਸਾਡੇ ਸਾਹਾਂ ਦੇ ਹੁੰਦਿਆਂ ਨਹੀਂ ਇਮਰਾਨ ਖਾਨ ਤੱਕ ਪਹੁੰਚ ਸਕਦੇ। ਅੱਛਾ, ਕਿਹੜੀ ਵਜ੍ਹਾ ਬਣ ਗਈ ਤੁਸੀਂ ਫੈਸਲਾਬਾਦ ਤੋਂ ਇਤੋਂ ਇਮਰਾਨ ਖਾਨ ਦੀ ਫਜ਼ਲਤ ਕਰਨ ਦਾ? ਅਸੀਂ ਉਹਦੇ ਕਾਰਕੁਨ ਆ, ਅਸੀਂ ਉਹਦੇ ਕਾਰਕੁਨ, ਸਾਡਾ ਵੀਰ ਆ ਉਹ, ਉਹ ਵੀ ਇਮਰਾਨ ਸੀ ਉਹਦੇ। ਇਮਰਾਨ ਖਾਨ ਇੱਕ ਸੱਚਾ ਇਨਸਾਨ ਆ, ਸੱਚਾ ਬੰਦਾ ਹੈ। ਇਹ ਮੁਲਕ ਬਚਾਉਣ ਵਾਲਾ, ਮੁਲਕ ਲਟਾਉਣ ਵਾਲਾ ਨਹੀਂ। ਤੁਸੀਂ ਵੇਖੋ ਮੈਨੂੰ ਕਿੱਥੇ ਇਹਨਾਂ ਦੇ ਰਿਸ਼ਤੇਦਾਰ ਸਾਖ ਡਾਰ ਤੇ ਨਵਾਜ਼ ਸ਼ਰੀਫ ਸਾਹਿਬ, ਹੁਣ ਉਹਦੇ ਸੈੱਲ ਵੀ ਪੂਰੇ ਹੋ ਗਏ ਨੇ ਬਾਹਰ ਜਾ ਕੇ। ਠੀਕ ਹੈ, ਠੀਕ ਹੈ, ਇੱਥੇ ਰੋਂਦਾ ਸੀ, ਮੇਰੇ ਸੈੱਲ ਖਤਮ ਹੋ ਗਏ, ਉਹ ਮੈਨੂੰ ਚੱਕੀ ਜਨਾ ਬੰਦ ਕਰੋ, ਉਹ ਮੇਰੇ ਲਈ ਆਹ ਖਾਣਾ ਹੋਣਾ ਚਾਹੀਦਾ। ਉਹ ਤੂੰ ਆਪਣੀ ਗੈਰਤ, ਤੇਰੀ ਗੈਰਤ ਮਰੀ ਆ। ਉਹ ਪਾਕਿਸਤਾਨ ਦੀ ਵਾਂ ਭੁੱਖੀ ਮਰਨ ਨਹੀਂ ਆ ਮਾਮਾ। ਤੂੰ ਕਦੀ ਖੱਦਾਂ ਖਾਂਦਾ, ਕਦੀ ਤੂੰ ਪਾਵੇ ਖਾਂਦਾ, ਕਦੀ ਤੂੰ ਛੋਟਾ ਗੋਸ਼ਤ ਖਾਣਾ, ਜ਼ਕਾਤ ਦੇ ਪੈਸੇ ਖਾਣਾ, ਲੱਖ ਲਾਣਤ ਦਿੱਤਾ ਦੀ ਇਸ ਜ਼ਿੰਦਗੀ ਦੇ ਉੱਤੇ। ਇਹ ਉਹਦੀ ਸ਼ਕਲ ਦੇਖਣ ਵਾਲੀ ਸੀ ਨਵਾਜ਼ ਸ਼ਰੀਫ ਦੀ। ਲੰਡਨ ਗਿਆ ਤੇ ਉਹਦੇ ਪੈਂਟ ਕੋਟ ਨਹੀਂ ਮੁੱਕਦੇ ਹੈ, ਕਦੀ ਲਾਲ, ਕਦੀ ਨੀਲਾ ਤੇ ਕਦੀ ਪੀਲਾ। ਇੱਥੇ ਇਦਾਂ ਮੂੰਹ 'ਚ ਜਿੱਦਾਂ ਮਰੀ ਮੁਰਗੀ ਖਾਧੀ ਹੁੰਦੀ ਹੈ, ਬਲਕਿ ਇੱਕ ਮਰੀ ਮੁਰਗੀ ਜਿਹੜੀ ਆ ਉਹ ਵੀ ਬਾਹਰ ਬੈਠੀ ਆ। ਅੱਜ ਪਤਾ ਚੱਲ ਰਿਹਾ ਫੈਸਲਾਬਾਦੀਆਂ ਕੋਲ ਲੀਡਰ ਕਰ ਰਹੇ ਗੱਲਾਂ ਹੁੰਦੀਆਂ। ਉਹ ਮਰੀਮ ਨੇ ਪਾਕਿਸਤਾਨ ਫੌਜ ਦੇ ਖਿਲਾਫ ਥੋੜੀਆਂ ਗੱਲਾਂ ਕੀਤੀਆਂ। ਅਸੀਂ ਫੌਜ ਪਾਕਿਸਤਾਨ ਦੇ ਨਾਲ ਆ, ਇਨਸ਼ਾਅੱਲਾ ਤਾਲਾ ਸਾਡੇ ਉਹਨਾਂ ਦੇ ਨਾਲ ਦਿਲ ਧੜਕਦੇ ਨੇ। ਫੌਜੇ ਪਾਕਿਸਤਾਨ ਜ਼ਿੰਦਾਬਾਦ ਆ। ਅੱਜ ਮਰੀਮ ਕਿੱਥੇ ਜਿਹੜੀ ਫੌਜੇ ਪਾਕਿਸਤਾਨ ਦੇ ਖਿਲਾਫ ਗੱਲਾਂ ਕਰਦੀ ਸੀ?
ਠੀਕ ਹੈ ਚਾਚਾ ਜੀ ਕੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸ਼ਬਾਜ਼ ਗਿੱਲ ਤੇ ਇਹਨਾਂ ਨੇ ਬੜਾ ਇਹ ਪਹਿਲਾਂ ਤੁਸੀਂ ਇਹ ਸ਼ਬਾਜ਼ ਗਿੱਲ ਦੀ ਵੀ ਗੱਲ ਕਰਦੇ ਆ ਤੁਸੀਂ ਇਹ ਦੱਸੋ ਜਿਹੜਾ ਕਹਿੰਦੇ ਹਨ ਕਿ ਰਾਣਾ ਸਨੌਲਾ ਕਹਿੰਦੇ ਇਮਰਾਨ ਖਾਨ ਨੂੰ ਗ੍ਰਿਫਤਾਰ ਕਰ ਲੈਣਾ ਤੁਸੀਂ ਫੈਸਲਾਬਾਦ ਵਿੱਚ ਬੰਨੀਗਲ ਆ ਗਏ ਹੋ ਉਹ ਅਸੀਂ ਉੱਥੋਂ ਇੱਥੇ ਆ ਗਏ ਉੱਥੇ ਜਾ ਕੇ ਦਿਖਾਵੇ ਪਿਓ ਦਾ ਤੇ ਉੱਥੇ ਜਾ ਕੇ ਦਿਖਾਵੇ ਠੀਕ ਹੈ ਜਿੱਦਾਂ ਇਹਨਾਂ ਨੇ ਸ਼ਬਾਜ਼ ਗਿੱਲ ਨਾਲ ਜ਼ੁਲਮ ਕੀਤਾ ਵਾ ਅਸੀਂ ਇਹਨਾਂ ਦੇ ਉੱਤੇ ਬੁਲੀ ਕੁੱਤੇ ਛੱਡਣੇ ਜਿੰਨਾ ਕੁ ਰਾਣੇ ਸਨੌਲਾ ਲਈ ਸਾਡਾ ਪੈਗਾਮ ਆ ਸ਼ਬਾਜ਼ ਗਿੱਲ ਨਾਲ ਓਨਾ ਕੁ ਤਸ਼ੱਦਦ ਕਰੇ ਜਿੰਨਾ ਕੁ ਬਾਅਦ ਚ ਬਰਦਾਸ਼ਤ ਕਰ ਲੈਣਾ ਵਾ ਅੱਛਾ ਮੈਨੂੰ ਇਹ ਦੱਸੋ ਤੁਸੀਂ ਸਾਰੇ ਫੈਸਲਾਬਾਦ ਤੋਂ ਸ਼ਬਾਜ਼ ਗਿੱਲ ਵੀ ਫੈਸਲਾਬਾਦ ਤੋਂ ਬਿਲਕੁਲ ਦੋ ਰੋਜ਼ਾ ਜਿਸਮਾਨੀ ਰਿਮਾਂਡ ਫੇਰ ਦੇ ਦਿੱਤਾ ਗਿਆ ਜ਼ਿਆਦਤੀ ਦੀ ਹਾਲਤ ਵੇਖੀ ਤੇ ਕੀ ਕਹਿਣਾ ਚਾਹੋਗੇ ਜ਼ਿਆਦਤੀ ਕਰ ਰਹੇ ਆ ਉਹਦੇ ਨਾਲ ਢੇਰ ਜ਼ਿਆਦਤੀ ਹੋ ਰਹੀ ਆ ਠੀਕ ਹੈ ਨਾ ਇੰਨਾ ਜ਼ੁਲਮ ਨਹੀਂ ਕਰਨਾ ਚਾਹੀਦਾ ਬਾਕੀ ਇਸ ਇੰਪੋਰਟੈਂਟ ਹਕੂਮਤ ਨੂੰ ਇਹ ਸੁਣ ਲੈਣਾ ਚਾਹੀਦਾ ਵੀ ਉਹਨਾਂ ਕਰਨ ਜਿੰਨਾ ਕੁ ਬਰਦਾਸ਼ਤ ਕਰ ਲੈਣਾ ਇਹਨਾਂ ਕੋਲ ਬਰਦਾਸ਼ਤ ਨਹੀਂ ਹੋਣਾ ਸ਼ਬਾਜ਼ ਗਿੱਲ ਤੇ ਇੱਕ ਜੱਟ ਦਾ ਪੋਤਾ ਬਰਦਾਸ਼ਤ ਕਰੀ ਜਾਂਦਾ ਠੀਕ ਹੈ ਨਾ ਇਹਨਾਂ ਕੋਲ ਬਰਦਾਸ਼ਤ ਨਹੀਂ ਇਸ ਲਈ ਉੱਤੇ ਤਸ਼ੱਦਦ ਕਰ ਰਹੇ ਕਿ ਇਮਰਾਨ ਖਾਨ ਬਾਰੇ ਕੁਛ ਨਾ ਕੋਈ ਗਲਵਾਈਏ ਲੇਕਿਨ ਉਹ ਜੱਟ ਦਾ ਪੋਤਾ ਹਜੇ ਤੱਕ ਨਹੀਂ ਮੰਨਿਆ ਹੈ ਤੇ ਦੁਬਾਰਾ ਉਹਨੇ ਦੋ ਰਾਜਾ ਜਿਸਮਾਨੀ ਰਿਮਾਂਡ ਤੇ ਭੇਜਦਾ ਉਹਨੇ ਮੰਨਣਾ ਫੇਰ ਨਹੀਂ ਇਹ ਟਿਲ ਤੱਕ ਜ਼ੋਰ ਲਾ ਲੈਣ ਉਹ ਨਹੀਂ ਉਹਨੇ ਇਮਰਾਨ ਖਾਨ ਬਾਰੇ ਨਾ ਕੁਝ ਦੱਸਣਾ ਨਾ ਉਹ ਇਦਾਂ ਦਾ ਕੋਈ ਮਾਮਲਾ ਹੈ ਵਾ ਹਾਂਜੀ ਜੀ ਕੀ ਕਹਿ ਰਹੇ ਚਾਚਾ ਇਹ ਫੌਜ ਦੇ ਖਿਲਾਫ ਆਪ ਸਾਰੀ ਕਬੀਨਾ ਇਹਨਾਂ ਦੀ ਫੌਜ ਦੇ ਖਿਲਾਫ ਬੋਲੀ ਆ ਠੀਕ ਹੈ ਇਹਨਾਂ ਦਾ ਵੀ ਹੱਕ ਬਣਦਾ ਕਿ ਇਹਨਾਂ ਨੂੰ ਵੀ ਕਟਹਿਰੇ 'ਚ ਲਿਆਉਣਾ ਹੱਕ ਬਣਦਾ ਕਿ ਨਹੀਂ ਹਾਂਜੀ ਉਹਨੂੰ ਇਕੱਲੇ ਨੇ ਜੇ ਮੂੰਹੋਂ ਨਿਕਲੀ ਗਈ ਆ ਚਲੋ ਠੀਕ ਆ ਉਹਨੇ ਮਾਜ਼ਰ ਮਾਫੀ ਮੰਗੀ ਚਲੋ ਕੁਛ ਵੀ ਆ ਮਗਰ ਇਹਨਾਂ ਨੂੰ ਵੀ ਚਾਹੀਦਾ ਕਿ ਇਹਨਾਂ ਸਾਰਿਆਂ ਨੂੰ ਕਟਹਿਰੇ 'ਚ ਲਿਆਉਣਾ ਚਾਹੀਦਾ ਔਰ ਬੋਲ ਨਿਊਜ਼ ਏਅਰਵਾਈ ਨਿਊਜ਼ ਜਿੰਨੇ ਵੀ ਚੈਨਲ ਆ ਜਿੰਦਾਬਾਦ ਔਰ ਨਾ ਵਿਕੇ ਨਾ ਝੁਕੇ ਨਹੀਂ ਮੈਨੂੰ ਇਹ ਦੱਸੋ ਕਸੂਰ ਕੀ ਹੈ ਸ਼ਬਾਜ਼ ਗਿੱਲ ਦਾ ਕਿਉਂ ਕੋਰਟ ਜਾਂਦੇ ਨੇ ਤੇ ਜ਼ਬਰਦਸਤੀ ਆਕਸੀਜਨ ਫੇਰਦਾ ਔਰ ਰੰਦਾ ਫੇਰਦਾ ਜੱਟ ਦਾ ਪੁੱਤ ਨਾ ਰੰਦਾ ਫੇਰਦਾ ਵਾ ਸੱਚੀਆਂ ਗੱਲਾਂ ਕਰਦਾ ਉਹ ਲਾਦੀ ਰਾਣੇ ਸਨੌਲਾ ਮੰਜੀ ਠੋਕਦਾ ਮੰਜੀ ਠੋਕਦਾ ਸੱਚੀਆਂ ਗੱਲਾਂ ਕਰਦਾ ਇਹਨਾਂ ਦੀ ਅਸਲੀਅਤ ਜ਼ਾਹਰ ਕਰਦਾ ਵੀ ਤੁਸੀਂ ਕੀ ਜੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹ ਰਿਹਾ ਵਾਂ ਕਿ ਜਿੰਨਾ ਮਰਦੀ ਸ਼ਬਾਜ਼ ਗਿੱਲ ਤੇ ਸ਼ੱਦਰ ਕਰ ਲੈ ਇਮਰਾਨ ਖਾਨ ਬਾਰੇ ਕੁਛ ਨਹੀਂ ਦੱਸੇਗਾ ਜੋ ਮਰਜ਼ੀ ਕਰ ਲੈਣ ਜੋ ਮਰਜ਼ੀ ਕਰ ਲੈਣ ਪਹਿਲੇ ਕਹਿੰਦੇ ਉਹ ਪੁੱਛਦੇ ਆ ਖਾਂਦਾ ਕੀ ਆ ਪੀਂਦਾ ਕੀ ਆ ਠੀਕ ਆ ਉਹਨਾਂ ਨੂੰ ਮਿਲਦਾ ਕਿਹਨੂੰ ਮਿਲਦਾ ਕੀ ਕਰਦਾ ਇਸ ਵਾਸਤੇ ਉਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਦੋ ਰੋਜ਼ਾ ਹੋਰ ਜਿਸਮਾਨੀ ਰਿਮਾਂਡ ਦਿੱਤਾ ਵਾ ਕਿ ਹੋਰ ਕੁਛ ਕਰਵਾ ਲਈਏ ਲੇਕਿਨ ਉਹ ਜੜਦਾ ਪੋਤਾ ਇਨਸ਼ਾਅੱਲਾ ਇਨਸ਼ਾਅੱਲਾ ਇਮਰਾਨ ਖਾਨ ਬਾਰੇ ਨਾ ਉਹਨੇ ਕੁਝ ਦੱਸਣਾ ਨਾ ਜੋ ਮਰਜ਼ੀ ਕਰ ਲੈਣ ਜੋ ਮਰਜ਼ੀ ਕਰ ਲੈਣ ਟੇਲ ਤੱਕ ਜ਼ੋਰ ਲੈਣਾ ਕੁਝ ਵੀ ਨਹੀਂ ਕਰ ਸਕਦੇ ਸਾਹਿਬ ਜਵਾਨਾ ਉਹ ਨਡਰ ਆਦਮੀ ਹੈ ਇਹ ਬਜ਼ਦਿਲ ਹਕੂਮਤ ਨੇ ਉਨਕੋ ਬੰਦ ਕੀਆ ਹੁਆ ਹੈ ਵੋ ਜਲਦ ਬਾਹਰ ਆਏਂਗੇ 20 ਕਰੋੜ ਆਵਾਮ ਕੇ ਲੀਡਰ ਫਿਰ ਰੰਦਾ ਫੇਰੇਗਾ ਵੋ ਔਰ ਠੀਕ ਹੈ ਨਾ ਇਹ ਗਲਤ ਕਰ ਰਹੇ ਹੈ ਅਮਰ ਸ਼ਬਾਜ਼ ਗਿੱਲ ਕੇ ਸਾਥ ਸ਼ਬਾਜ਼ ਗਿੱਲ ਕੇ ਸਾਥ ਜ਼ਿਆਦਤੀ ਕਰ ਰਹੇ ਹੈ ਵੋ ਲੋਗ ਠੀਕ ਹੈ ਨਾ ਇਹ ਇੰਪੋਰਟਡ ਹਕੂਮਤ ਕੋ ਇਹ ਬਾਤ ਇੰਪੋਰਟਡ ਹਕੂਮਤ ਕੋ ਇਹ ਬਹੁਤ ਭਾਰੀ ਪੜੇਗਾ ਠੀਕ ਹੈ ਨਾ ਸ਼ਬਾਜ਼ ਗਿੱਲ ਅਕੇਲਾ ਭਾਰੀ ਪੜੇਗਾ ਤੁਸੀਂ ਮੈਨੂੰ ਇਹ ਦੱਸੋ ਕਿ ਅਮਰੀਕਾ ਦੇ ਪਿੱਠੂ ਅਮਰੀਕਾ ਨੂੰ ਡਟ ਕੇ ਜਵਾਬ ਦੇਣ ਵਾਲਾ ਇਮਰਾਨ ਖਾਨ ਹੈ ਨਾ ਤੇ ਅੱਜ ਵੇਖ ਲਓ ਇਮਰਾਨ ਖਾਨ ਦੇ ਸਾਰੇ ਖਿਲਾਫ ਨੇ ਔਰ ਡੀਜ਼ਲ ਵੀ ਤੇ ਨੂਨ ਲੀਗ ਵੀ ਜ਼ਰਦਾਰੀ ਵੀ ਸਾਰੇ ਹੀ ਇਹਨਾਂ ਦੇ ਖਿਲਾਫ ਨੇ ਠੀਕ ਹੈ ਇਮਰਾਨ ਖਾਨ ਸਾਹਿਬ ਦੇ ਤੇ ਇਮਰਾਨ ਖਾਨ ਇੱਕ ਸੱਚਾ ਔਰ ਨਡਰ ਆਦਮੀ ਆ ਇਮਰਾਨ ਖਾਨ ਬਹੁਤ ਅੱਛਾ ਇਨਸਾਨ ਆ ਇਮਰਾਨ ਖਾਨ ਅਮਰੀਕਾ ਦੇ ਖਿਲਾਫ ਅਸੀਂ ਅਮਰੀਕਾ ਨੂੰ ਜੁੱਤੀ ਤਾਂ ਨਹੀਂ ਗਿਣਦੇ ਇਹ ਲੋਕ ਇਮਰਾਨ ਖਾਨ ਨੂੰ ਕਹਿੰਦੇ ਨੇ ਕਿ ਤੂੰ ਵੀ ਪਿੱਠੂ ਬਣ ਜਾ ਉਹਦਾ ਇਮਰਾਨ ਖਾਨ ਇਹਨਾਂ ਨੂੰ ਜੁੱਤੀ ਤਾਂ ਨਹੀਂ ਗਿਣਦਾ ਇਹੋ ਜਿਹੀ ਹਕੂਮਤ ਨੂੰ ਇਮਰਾਨ ਅਗਲੀ ਵਾਰੀ ਇਨਸ਼ਾਅੱਲਾ ਸਿੰਧ ਦੀ ਆ ਹੁਣ ਸਿੰਧ ਇਮਰਾਨ ਖਾਨ ਦਾ ਹੋਏਗਾ ਦੇਖੋ ਜੀ ਫੈਸਲਾਬਾਦ ਵਾਲੇ ਇੱਥੇ ਆਏ ਸਨ ਤੇ ਫੈਸਲਾਬਾਦ ਵਾਲੇ ਕੋਲ ਇੰਟਰਵਿਊ ਕੀਤਾ ਬੰਨੀ ਗੱਲ ਆ ਇਮਰਾਨ ਖਾਨ ਦੀ ਹਫਾਜ਼ਤ ਲਈ ਪਹੁੰਚੇ ਨੇ ਤੇ ਇਹ ਕਹਿ ਰਹੇ ਨੇ ਕਿ ਰਾਣਾ ਸਾਹਿਬ ਆਓ ਨਾ ਫੈਸਲਾਬਾਦ ਤੁਹਾਡਾ ਇਸਤਕਬਾਲ ਕਰੀਏ ਜੀ ਵੈਲਕਮ ਰਾਣਾ ਸਾਹਿਬ ਵੈਲਕਮ ਜੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਸਰ ਤੁਸੀਂ ਕਿੱਥੋਂ ਆਏ ਹੋ ਜ਼ਿਲ੍ਹਾ ਵਿਹਾੜੀ ਤੋਂ ਵਿਹਾੜੀ ਤੋਂ ਤੁਸੀਂ ਆਏ ਹੋ ਕੀ ਵਜ੍ਹਾ ਆਉਂਦੀ ਇੱਥੇ ਬੰਨੀ ਗੱਲ ਆ ਤੁਸੀਂ ਖਲੋਤੇ ਹੋ ਅਸੀਂ ਜੀ ਬੰਨੀ ਗੱਲ ਇਸ ਵਾਸਤੇ ਆਏ ਹਾਂ ਕਿ ਅਸੀਂ ਸੁਣਿਆ ਸੀ ਇਮਰਾਨ ਖਾਨ ਤੇ ਪਰਚਾ ਹੋਇਆ ਠੀਕ ਹੈ ਤੇ ਇਹ ਸਾਰੀ ਹੈ ਜਿਹੜੇ ਫੈਸਲਾਬਾਦ ਵਾਲੇ ਭਰਾ ਨੇ ਸਾਡੇ ਇਹਨਾਂ ਦੇ ਨਾਲ ਅਸੀਂ ਵੀ ਆਏ ਹਾਂ ਤਾਂ ਕਿ ਅਸੀਂ ਜਾਈਏ ਉੱਥੇ ਜਾ ਕੇ ਤੇ ਵੇਖੀਏ ਵੀ ਕੀ ਹਿਸਾਬ ਕਿਤਾਬ ਹੈ ਠੀਕ ਹੈ ਤੇ ਬਸ ਹੁਣ ਇੱਥੇ ਆਏ ਇੱਥੇ ਅੱਗੇ ਪਤਾ ਚੱਲਿਆ ਜੀ FIR ਉਹ ਆਪਣਾ ਜ਼ਮਾਨਤ ਹੋ ਗਈ ਹੈ ਤੇ ਇਹ ਸਾਰੀ ਆਵਾਮ ਹੁਣ ਵਾਪਸ ਜਾ ਰਹੀ ਹੈ ਠੀਕ ਹੈ ਆ ਜੀ ਨਾਜ਼ਰੀਨ ਮੈਂ ਬੰਨੀ ਗੱਲ ਮੌਜੂਦ ਸਾਂ ਜੀ ਨਾਰਾ ਲਾਓ ਜੀ ਇਮਰਾਨ ਖਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਫੌਜ ਪਾਕਿਸਤਾਨ ਜ਼ਿੰਦਾਬਾਦ ਅਦਲੀਆ ਜ਼ਿੰਦਾਬਾਦ ਸਾਨੂੰ ਅਦਲੀਆ ਤੇ ਪੂਰਾ ਯਕੀਨ ਇਨਸ਼ਾ ਅੱਲਾਹ ਤਾਲਾ ਇਨਸਾਫ ਕਰੇਗਾ ਔਰ ਮਹਿਬੂਬ ਆਲਮ ਸੰਧੂ PP 110
ਫੈਸਲਾਬਾਦ ਤੋਂ ਅਸੀਂ ਆਏ। ਅੱਛਾ ਇਹ ਚਾਚਾ ਜੀ ਪਿੱਛੋਂ ਵੇਖੋ ਨਾਰਾ ਲੈ ਸਨ, ਚਾਚਾ ਜੀ ਇਹ ਉਮਰ ਵਿੱਚ ਤੁਸੀਂ ਇੱਥੇ ਆਏ ਹੋ ਫਾਜ਼ਰ ਕਰਨ ਵਾਸਤੇ? ਚਾਚਾ ਜੀ ਅਸੀਂ ਤੇ ਇਮਰਾਨ ਖਾਨ ਦੇ ਨਾਂ ਤੇ ਗੋਲੀਆਂ ਖਾਣ ਵਾਸਤੇ ਵੀ ਤਿਆਰ ਹਾਂ, ਅਸੀਂ ਡਰਦੇ ਨਹੀਂ। ਅਸੀਂ ਜਿੱਥੇ ਵੀ ਕਾਲ ਹੋਵੇ ਅਸੀਂ ਇਨਸ਼ਾਅੱਲਾ ਤਾਲਾ ਉੱਥੇ ਉੱਪੜਾਂਗੇ, ਜਿੱਥੇ ਵੀ ਕਾਲ ਆਵੇ ਠੀਕ ਤੇ ਉਹਦੇ ਨਾਲ ਆ, ਉਹਨੂੰ ਕਿਸੇ ਕਿਸਮ ਦੀ ਆਂਚ ਨਹੀਂ ਆਉਣ ਦੇਵਾਂਗੇ ਇਨਸ਼ਾਅੱਲਾ ਤਾਲਾ, ਤੇ ਨਾ ਆਂਚ ਆਉਣੀ ਆ ਉਹਦੇ ਨਾਲ ਅੱਲਾ ਤਾਲਾ ਵਾ। ਇਹਨਾਂ ਦੇ ਨਾਲ ਗੋਰੇ ਆ, ਉਹਦੇ ਨਾਲ ਅੱਲਾ ਤਾਲਾ, ਅੱਲਾ ਤਾਲਾ ਦੀ ਮਦਦ ਆ। ਠੀਕ ਹੈ, ਬੜੀ ਮਿਹਰਬਾਨੀ ਸਾਰੇ। ਇੱਕ ਮਿੰਟ ਬਸ ਕੱਟ ਕਰੋ।